ਸੰਧੌੜ ਦਿਨ ਪੈਂਦੇ ਪਿੰਡ ਬਿਸ਼ਨਗੜ੍ਹ ਬਾਈਵੇਲ ਦੇ ਵਸਨੀਕ ਲਾਭ ਸਿੰਘ ਜੋ ਸੰਧੌੜ ਵਿਖੇ ਪਾਣੀ ਵਾਲੀ ਟੈਂਕੀ ਤੇ ਮਾਲੀ ਅਤੇ ਚੌਕੀਦਾਰੀ ਦਾ ਕੰਮ ਕਰਦਾ ਸੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਧੌੜ ਵਿਖੇ ਦਰਜ ਮੁਕਦਮਾ ਨੰਬਰ 38 ਅਤੇ 308 ਦਾ ਪਰਚਾ ਦਰਜ ਕੀਤਾ ਗਿਆ ਹੈ। ਪੀੜਤ ਦੇ ਪੁੱਤਰ ਬਲਵਿੰਦਰ ਸਿੰਘ ਦੇ ਬਿਆਨ ਮੁਤਾਬਿਕ ਪਿੰਡ ਸੰਧੌੜ ਵਾਸੀ ਗੌਰਵ ਭੱਚਰ ਅਤੇ ਗੋਗੀ ਸੁਨਿਆਰ ਨੇ ਮੇਰੇ ਪਿਤਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਇਹਨਾਂ ਦੋਸ਼ੀਆਂ ਤੇ 302 ਦਾ ਮਾਮਲਾ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ। ਇਸ ਮੌਕੇ DSP ਸੁਮਿਤ ਸੂਦ ਨੇ ਕਿਹਾ ਦੋਸ਼ੀਆਂ ਖਿਲਾਫ਼ 308 ਦਾ ਮਾਮਲਾ ਦਰਜ ਹੈ, ਇਸ ਮਾਮਲੇ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ। ਜਿਹੜਾ ਤੁਸੀਂ ਮੇਰੇ ਕੋਲ ਲਾਭ ਸਿੰਘ ਦੇ ਕੇਸ ਬਾਰੇ ਪਤਾ ਕਰ ਰਹੇ ਹੋ, ਉਹਦੇ ਸੰਬੰਧ 'ਚ 38 ਨੰਬਰ FIR ਜਿਹੜੀ ਹੈ ਇਹ ਥਾਣਾ ਸੰਧੌੜ ਵਿੱਚ ਦਰਜ ਹੋਈ ਹੈ ਅਤੇ ਇਸ ਦੇ ਕੇਸ ਦੇ ਵਿੱਚ 308 IPC ਦਾ ਜਿਹੜਾ ਕੇਸ ਹੈ ਉਹ ਦਰਜ ਰਜਿਸਟਰ ਕੀਤਾ ਗਿਆ। ਹੋਰਾਈਜ਼ਨ ਹੋਸਪਿਟਲ ਲੁਧਿਆਣਾ ਦੇ ਵਿੱਚ ਜਿਹੜਾ ਇੰਜਰਡ ਲਾਭ ਸਿੰਘ ਦਾ ਐਡਮਿਟ ਸੀਗਾ, ਜੋ ਹੁਣੇ ਥੋੜ੍ਹੀ ਦੇਰ ਪਹਿਲੀ ਸਾਨੂੰ ਕੋਲ ਇਤਲਾਹ ਆਈ ਹੈ ਕਿ ਉਹਨਾਂ ਦੀ ਲੈਂਥ ਇਸ ਕੇਸ ਦੇ ਵਿੱਚ ਜਿਹੜੀ ਫਰਦਰ ਪ੍ਰੋਸੀਡਿੰਗਸ ਇੱਕ ਅਕਿਊਜ਼ਡ ਮਨੋਹਰ ਲਾਲ ਹੈ, ਟੋਟਲ ਇਸ ਕੇਸ ਦੇ ਵਿੱਚ 3 ਅਕਿਊਜ਼ਡ ਨੇ, ਉਹਨਾਂ ਵਿੱਚੋਂ ਇੱਕ ਅਕਿਊਜ਼ਡ ਮਨੋਹਰ ਲਾਲ ਜਿਹੜਾ ਹੈ ਉਹ ਅਰੈਸਟ ਹੋ ਚੁੱਕੇ ਨੇ। ਉਹਨਾਂ ਵਿੱਚ ਸਿਰਫ ਕੁਛ ਪੇਸ਼ ਕਰਨਾ ਉਹਨਾਂ ਕੁਛ ਤੋਂ ਪਹਿਲਾਂ ਸਭ ਤੋਂ ਸੂਚਨਾ ਆਈ ਸੀ ਕਿ ਲਾਭ ਸਿੰਘ ਦੀ ਡੈਥ ਹੋ ਤੋ ਅਸੀਂ ਆਪਣੇ IOR ਨੂੰ ਹੋਰਾਈਜ਼ਨ ਹੋਸਪਿਟਲ ਭੇਜ ਕੇ ਅਗਲੀ ਜਿਹੜੀ ਫਰਦਰ ਕਾਰਵਾਈ ਹੈਗੀ ਉਹ ਕਰ ਰਹੇ ਹਾਂ। ਕਾਰਵਾਈ ਕਰਨ ਦੇ ਉੱਤੇ ਜੋ ਵੀ FIR ਦੇ ਵਿੱਚ ਕੋਈ ਵਾਧਾ ਕੀਤਾ ਜਾਊਗਾ ਜੀ ਇਸ ਤੋਂ ਬਾਅਦ? ਬਿਲਕੁਲ ਜੀ, ਅਗਰ ਉਹਨਾਂ ਦੀ ਡੈਥ ਦੀ ਕਨਫਰਮੇਸ਼ਨ ਹੋ ਜਾਂਦੀ ਹੈ ਤਾਂ ਕਨਫਰਮੇਸ਼ਨ ਅਜੇ ਤਾਂ ਸਾਨੂੰ ਸਿਰਫ ਟੈਲੀਫੋਨ ਆਇਆ, ਆਫਟਰ ਦੀ ਕਨਫਰਮੇਸ਼ਨ ਜੇ ਸਾਡਾ ਤਿਆਰੀ ਹੋ ਕੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰੇਗਾ ਅਤੇ ਫਿਰ ਇਹਦੇ ਵਿੱਚ ਜਿਹੜਾ ਜੁਰਮ ਦਾ ਵਾਧਾ ਹੋਇਆ ਜੁਰਮ ਦਾ ਵਾਧਾ ਕਰਕੇ ਜੋ ਵੀ ਅਗਲੀ ਕਾਰਵਾਈ ਹੈ, ਕਿਉਂਕਿ ਅਸੀਂ ਇਹਦੇ ਵਿੱਚ ਪੁਲਿਸ ਪਾਰਟੀਜ਼ ਅਕਿਊਜ਼ਡ ਨੂੰ ਅਰੈਸਟ ਕਰਨ ਵਾਸਤੇ ਪਹਿਲੇ ਵੀ ਭੇਜੀਆਂ ਹੋਈਆਂ ਬਟ ਉਹ ਫਰਾਰ ਸੀਗੇ, ਹੁਣ ਫਿਰ ਅਸੀਂ ਨਵੀਂ ਸਿਰੇ ਪੁਲਿਸ ਪਾਰਟੀਜ਼ ਕੰਸਟੀਟਿਊਟ ਕੀਤੀਆਂ ਅਤੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਨੂੰ ਇਨਸਾਫ਼ ਦਿਵਾਇਆ।